ਜੀਤ ਐਪੀ ਦੇ ਸਮੂਹ ਦਸਤਰਾਂ ਦਾ ਸਵਾਗਤ ਹੈ। 4 ਫਰਵਰੀ ਨੂੰ ਹੋਣ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਪੂਰੀ ਸਿਖਰਾਂ ਵੱਲ ਜਾ ਰਹੀਆਂ ਹਨ। ਅਜੀਤ ਐਪੀ ਵੱਲੋਂ ਆਪਣੇ ਪਾਠਕਾਂ ਨੂੰ ਵੱਖ ਵੱਖ ਉਮੀਦਵਾਰਾਂ ਦੇ ਰੂਬਰੂ ਕਰਵਾਉਣ ਦੇ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਅਸੀਂ ਵਿਧਾਨ ਸਭਾ ਹਲਕਾ ਡੇਰਾਵਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਰਸ਼ਕਾਂ ਦੇ ਰੂਬਰੂ ਕਰਵਾ ਰਹੇ ਹਾਂ। ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਰੰਧਾਵਾ ਜੀ, ਤੁਹਾਡਾ ਸਵਾਗਤ ਹੈ ਅਜੀਤ ਐਪੀ ਤੇ। ਆਪਣੇ ਸਿਆਸੀ ਜੀਵਨ ਤੇ ਗੱਲ ਕਰੀਏ। ਮੈਂ ਜੀ 97 'ਚ ਪਹਿਲੀ ਇਲੈਕਸ਼ਨ ਲੜੀ ਸੀ ਅਤੇ ਅੱਜ ਮੇਰੀ ਜਿਹੜੀ ਆ 5ਵੀਂ ਇਲੈਕਸ਼ਨ ਜਿਹੜੀ ਆ ਉਹ ਮੈਂ ਲੜਨ ਲਈ ਕਾਂਗਰਸ ਪਾਰਟੀ ਕੋਲੋਂ ਜਾ ਰਿਹਾ। ਔਰ ਮੈਂ 2002 'ਚ ਵੀ ਮੇਰਾ ਜਿਹੜਾ ਮੋਟਿਵ ਸੀਗਾ ਕਿ ਪੰਜਾਬ 'ਚ ਲੋਕਾਂ ਨੂੰ ਇਨਸਾਫ, ਡਿਵੈਲਪਮੈਂਟ ਅਤੇ ਚੰਗੇ ਕੰਮ ਅਤੇ ਇਮਾਨਦਾਰੀ ਦਾ ਜਿਹੜਾ ਦਿੱਤਾ ਜਾਏ। ਅਤੇ ਜਿਹੜੀ 2002 ਤੋਂ ਲੈ ਕੇ 2007 ਤੱਕ ਮੇਰੀ ਕੋਸ਼ਿਸ਼ ਰਹੀ ਕਿ ਲੋਕਾਂ ਦੀ ਆਵਾਜ਼ ਉਠਾਈ ਜਾਏ ਔਰ ਆਵਾਜ਼ ਉਠਾਈ। ਅਤੇ ਮੈਂ 2003 'ਚ ਪਾਰਲੀਮੈਂਟਰੀ ਸੈਕਟਰੀ ਐਗਰੀਕਲਚਰ ਬਣ ਗਿਆ। ਅਤੇ ਜਿਹੜੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਸਭ ਤੋਂ ਵੱਡੀ ਪੰਜਾਬ 'ਚ ਉਪਲਬਧੀ ਜਿਹੜੀ ਅਸੀਂ ਜਿਹੜੀ ਅਚੀਵ ਕੀਤੀ ਉਹ ਅਸੀਂ ਕੀਤਾ ਕਿ ਪੰਜਾਬ ਦੀ ਵਿੱਚ BT ਕਾਟਨ ਲੈ ਕੇ ਆਏ ਔਰ ਜਿਹੜਾ ਮਾਲਵੇ ਦਾ ਕਿਸਾਨ ਸੀ ਉਹਨੂੰ ਪੈਰਾਂ 'ਤੇ ਖੜ੍ਹਾ ਕਰ ਦਿੱਤਾ। ਔਰ ਜਿਹੜੀ ਇੰਨੀ ਦੇਰ ਤੋਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਮਿਸ ਰੂਲ ਅਤੇ ਜਿਹੜੀ ਕਾਟਨ ਦੇ ਵਿੱਚ ਜਿਹੜੇ ਗਿਰਾਵਟ ਆ ਰਹੀ ਸੀ ਉਹਨੂੰ ਅਸੀਂ ਪੈਰਾਂ 'ਤੇ ਕਿਸਾਨ ਨੂੰ ਖੜ੍ਹਾ ਕਰ ਦਿੱਤਾ। ਉਸ ਵੇਲੇ ਅਸੀਂ ਪੈਸਟੀਸਾਈਡ ਜਿਹੜੀ ਆ ਉਹਦੀ ਅਸੀਂ ਕਿਤੇ ਕਿਸੇ ਸਾਨੂੰ ਸ਼ਿਕਾਇਤ ਨਹੀਂ ਮਿਲੀ ਕਿ ਪੰਜਾਬ 'ਚ ਜਿਹੜੀ ਸਪੋਰੀਅਸ ਜਾਂ ਘਟੀਆ ਕਿਸਮ ਦੀਆਂ ਦਵਾਈਆਂ ਮਿਲ ਰਹੀਆਂ ਨੇ। ਅਤੇ ਇਹਨਾਂ ਵਾਂਗੂ ਨਹੀਂ ਕਿ ਪਿੱਛੇ ਕੀ BT ਕਾਟਨ ਦਾ ਹਾਲ ਹੋਇਆ, ਕਿਵੇਂ ਰੌਲਾ ਪਾਇਆ, ਓਬਰਾਨ ਨੇ ਕਿਵੇਂ ਖਾ ਗਏ, ਇਹ ਚੀਜ਼ਾਂ ਜਿਹੜੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਉਹ ਅਸੀਂ ਬੰਦ ਕੀਤੀਆਂ। ਅਤੇ ਉਹਨਾਂ ਦੇ ਟਾਈਮ 'ਚ 5 ਸਾਲਾਂ 'ਚ ਕੋਈ ਕਿਸਾਨ ਅਸੀਂ ਮੰਡੀ 'ਚ ਨਹੀਂ ਬੈਠਣ ਦਿੱਤਾ। ਜਿਸ ਦਿਨ ਆਇਆ ਉਹਦਾ ਝੋਨਾ ਉਹਦੀ ਕਣਕ ਤੋਲ ਕੇ ਉਹਦੀ ਜੇਬ 'ਚ ਪੈਸੇ ਪਾ ਕੇ ਉਹਨੂੰ ਉਹਦੇ ਘਰ ਭੇਜਿਆ, ਇਹਨਾਂ ਵਾਂਗੂ ਰੋਲਿਆ ਨਹੀਂ। ਅੱਜ ਦੀ ਡੇਟ 'ਚ ਵੀ ਆ ਬੈਠੇ ਨੇ ਜਿਹੜੇ ਕਿਸਾਨ ਬੈਠੇ ਨੇ, ਮੇਰਾ ਨਹੀਂ ਖਿਆਲ ਕਿ ਇਹਨਾਂ ਨੂੰ ਅੱਜ ਵੀ ਪੈਸੇ ਮਿਲੇ ਹੋਣ। ਹੁਣ ਤੱਕ ਸਮਾਜ ਸੇਵਾ 'ਚ ਕੀ ਯੋਗਦਾਨ ਹੈ ਜੀ? ਸਮਾਜ ਸੇਵਾ ਤਾਂ ਪੋਲੀਟੀਕਲ ਬੰਦੇ ਦਾ ਵੈਸੇ ਹੀ ਪਰਮ ਧਰਮ ਹੁੰਦਾ ਕਿ ਜਿਹੜਾ ਸਮਾਜ ਸੇਵਾ ਹੀ ਨਹੀਂ ਕਰ ਸਕਦਾ ਤਾਂ ਉਹਨੂੰ ਪੋਲੀਟੀਸ਼ੀਅਨ ਨੂੰ ਉਹਨੂੰ ਪਬਲਿਕ ਰਿਪ੍ਰੈਜੈਂਟੇਟਿਵ ਨਹੀਂ ਕਿਹਾ ਜਾ ਸਕਦਾ। ਸਮਾਜ ਸੇਵਾ ਹੁੰਦੀ ਹੈ ਕਿ ਗਰੀਬ ਗੁਰਬੇ ਦੀ ਜਿਹੜੀ ਮਦਦ ਕੀਤੀ ਜਾਏ, ਬਦਮਾਸ਼ੀ ਨੂੰ ਰੋਕਿਆ ਜਾਏ, ਗੁੰਡਾ ਗਰਦੀ ਨੂੰ ਰੋਕਿਆ ਜਾਏ, ਲੋਕਾਂ ਨੂੰ ਚੰਗੀ ਸਰਕਾਰ ਦਿੱਤੀ ਜਾਏ, ਲੋਕਾਂ ਦੇ ਜਿਹੜੇ ਹੱਕ ਹਕੂਕ ਨੇ ਉਹਨਾਂ ਨੂੰ ਕੀਤਾ ਜਾਏ, ਇਹਨੂੰ ਸਮਾਜ ਜਿਹੜੀ ਸੇਵਾ ਕਿਹਾ ਜਾਂਦਾ। ਅਤੇ ਵੈਸੇ ਜਿਹੜਾ ਜਦੋਂ ਪਬਲਿਕ ਰਿਪ੍ਰੈਜੈਂਟੇਟਿਵ ਆਊਗੀ ਜੇ ਜਿਹੜਾ ਲੋਕਾਂ ਦਾ ਸੇਵਕ ਆ ਉਹਦੇ ਵਿੱਚ ਤਾਂ ਵੈਸੇ ਹੀ ਸਮਾਜ ਸੇਵਕ ਹੀ ਉਹਨੂੰ ਕਿਹਾ ਜਾ ਸਕਦਾ। ਦੋ ਮਤਲਬ ਨਹੀਂ ਮੈਂ ਕਹਿ ਸਕਦਾ ਇਹਦੇ ਕਿ ਜਿਹੜਾ MLA ਜਾਂ ਪਬਲਿਕ ਸਰਵੈਂਟ ਆ ਉਹਨੂੰ ਪਬਲਿਕ ਸਰਵੈਂਟ ਕਹਿ ਲਓ, ਉਹਨੂੰ ਸਮਾਜ ਸੇਵਕ ਕਹਿ ਲਓ, ਜਿਹੜਾ ਲੋਕਾਂ ਦੇ ਜਾ ਕੇ ਗੱਲਾਂ ਸੁਣਦਾ, ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਦਾ, ਉਹਨੂੰ ਸਮਾਜ ਸੇਵਕ ਕਹਿ ਲਓ। ਤੁਸੀਂ ਕਿਸ ਉਦੇਸ਼ ਨਾਲ ਰਾਜਨੀਤੀ 'ਚ ਆਏ? ਮੇਰੇ ਤਾਂ ਜੀ ਪਿਤਾ ਜੀ ਦੀ ਜਿਹੜੀ ਰਾਜਨੀਤੀ ਦਾ ਉਦੇਸ਼ ਸੀਗਾ ਕਿ ਭ੍ਰਿਸ਼ਟਾਚਾਰ, ਲੋਕਾਂ ਦੇ ਕੰਮ ਕਰਨੇ, ਬੇਈਮਾਨੀ ਖਤਮ ਕਰਨੀ। ਮੈਂ ਅੱਜ ਵੀ ਖੜ੍ਹਾ ਭ੍ਰਿਸ਼ਟਾਚਾਰ ਦੇ ਬਰਖਿਲਾਫ ਖੜ੍ਹਾ। ਜੋ ਮੇਰੇ ਪਿਤਾ ਜੀ ਵੇਲੇ ਮੇਰੇ ਘਰ 'ਚ ਇੱਟਾਂ ਲੱਗੀਆਂ ਸੀ ਅੱਜ ਵੀ ਉਹ ਹੀ ਨੇ। ਅਤੇ ਜਿਹੜੇ ਇੱਥੇ ਬਾਕੀ ਕੋਈ ਲੀਡਰ ਤੁਰੇ ਫਿਰਦੇ ਨੇ ਅਤੇ ਮੈਂ ਤਾਂ ਉਹਨਾਂ ਦਾ ਅਤੇ ਮੇਰਾ ਕੰਪੈਰੀਜ਼ਨ ਮੈਂ ਕਰਨ ਨੂੰ ਤਿਆਰ ਹਾਂ ਕਿ ਜੇ ਸਾਡੇ ਪਰਿਵਾਰ 'ਤੇ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਲੱਗਦਾ ਜਾਂ ਕੋਈ ਇਹ ਕਹਿ ਦੇ ਕਿ ਇਸ ਪਰਿਵਾਰ ਨੇ ਭ੍ਰਿਸ਼ਟਾਚਾਰ 'ਚ ਕਦੀ ਵੀ ਸਾਡਾ ਨਾਂ ਆਇਆ ਹੋਵੇ ਤਾਂ ਮੈਂ ਤਾਂ ਪੋਲੀਟਿਕਸ ਨੂੰ ਵੀ ਤਿਆਰ ਹੋ ਜਾਵਾਂਗਾ। ਅੱਜ ਦੀ ਜਿਹੜੀ ਇਲੈਕਸ਼ਨ ਹੈ ਲੋਕ ਬੜੇ ਸਿਆਣੇ ਨੇ, ਇਹਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬੇਈਮਾਨਾਂ ਨੂੰ ਵੋਟ ਨਹੀਂ ਪਾਉਣ। ਜੇਕਰ ਤੁਸੀਂ ਸਫਲ ਹੁੰਦੇ ਹੋ ਤਾਂ ਹਲਕੇ ਦੇ ਕਿਹੜੇ ਕਿਹੜੇ ਕੰਮ ਕਰਾਉਣੇ ਚਾਹੋਗੇ ਅਤੇ ਵਿਧਾਨ ਸਭਾ? ਪਹਿਲੀ ਗੱਲ ਤਾਂ ਜੀ ਮੈਂ ਸਫਲ ਹੋਵਾਂਗਾ, ਪਿੱਛੇ ਵੀ ਇਹਨਾਂ ਮੈਨੂੰ ਵੋਟਾਂ ਪਾਈਆਂ ਅਤੇ ਇਹਨਾਂ ਦੀ ਕਿਰਪਾ ਨਾਲ ਫਿਰ ਸਫਲ ਹੋਣਾ। ਪੰਜਾਬ ਨੂੰ ਇਸ ਸਮੇਂ ਕਿਹੜੀਆਂ 4-5 ਵੱਡੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਣ ਡਿਆ ਅਤੇ ਤੁਹਾਡੀ ਨਜ਼ਰ 'ਚ ਉਹਨਾਂ ਦਾ ਹੱਲ ਕੀ ਹੈ? ਬੇਰੁਜ਼ਗਾਰੀ ਦਾ ਰੌਲਾ, ਲਾਅ ਐਂਡ ਆਰਡਰ ਦਾ ਰੌਲਾ। ਰਾਜ ਨੂੰ ਇਸ ਸਮੇਂ ਕਿਸ ਤਰ੍ਹਾਂ ਦੀ ਸਰਕਾਰ ਦੀ ਲੋੜ ਹੈ ਅਤੇ ਪੰਜਾਬ 'ਚ ਕਿਵੇਂ ਗੁੰਡਾਗਰਦੀ ਚੱਲੀ ਆ, ਜਿਹੜੀਆਂ ਮੈਂ ਚੀਜ਼ਾਂ ਬੋਲੀਆਂ ਨੇ ਕਿਵੇਂ ਰੇਤਾ ਦੇ ਵਿੱਚ ਲੋਕਾਂ ਨੂੰ ਰੋਲ ਦਿੱਤਾ, ਕਿਵੇਂ ਨਸ਼ੇ ਵਿੱਚ ਇਹ ਸਰਕਾਰ ਨੇ, ਅਤੇ ਅਸੀਂ ਤਾਂ ਇਹ ਚੀਜ਼ਾਂ ਬੰਦ ਕਰਾਂਗੇ। ਔਰ ਜੋ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਨੂੰ ਇੱਕ ਇੱਕ ਵਾਅਦਾ ਪੂਰਾ ਕਰਾਂਗੇ। ਸਾਡੇ ਪਾਠਕਾਂ ਨੂੰ ਆਪਣੇ ਵੱਲੋਂ ਸੁਨੇਹਾ ਕੋਈ? ਪਾਠਕਾਂ ਨੂੰ ਤਾਂ ਇਹੋ ਸੁਨੇਹਾ ਦਊਂਗਾ ਕਿ ਬੇਈਮਾਨ ਕਿਸੇ ਪਾਰਟੀ ਦਾ ਹੋਏਗਾ ਉਹਨੂੰ ਵੋਟ ਨਾ ਪਾਇਓ। ਜਿਸ ਪਾਰਟੀ ਦੇ ਵਿੱਚ ਬੇਈਮਾਨ ਇਕੱਠੇ ਹੋ ਜਾਣ ਉਸ ਪਾਰਟੀ ਨੂੰ ਬਿਲਕੁਲ ਮੂੰਹ ਨਾ ਲਾਇਓ। ਜੇ ਕੋਈ ਇਮਾਨਦਾਰ ਹੈ ਉਹਨੂੰ ਵੋਟਾਂ ਪਾਓ, ਬੇਈਮਾਨਾਂ ਨੂੰ ਇਹਨਾਂ ਲੋਕਾਂ ਦੇ ਨਾਲ ਬਾਈਕਆਊਟ ਕਰੋ।
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਪਾਠਕਾਂ ਨੂੰ ਸਾਂਝੇ ਕੀਤੇ ਹੈ।